ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਨੇਕਿਤਾ ਸਾਹਿਬ ਵੈਲਕਮ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ, ਦਰਸ਼ਕਾਂ ਸਾਰਿਆਂ ਸਰੋਤਾਂ ਨੂੰ ਜੀ ਸ਼ੁਕਰੀਆ ਨਾਲ ਜੋੜਨ ਲਈ ਧੰਨਵਾਦ। ਵੀਕਐਂਡ ਸ਼ੁਰੂ ਹੋਣ ਲੱਗਿਆ, ਵੈਰੀ ਕਿਰਪਾ ਕਰਨ ਜੀ। ਕੁੰਡੀਆਂ ਦੇ ਸਿੰਘ ਫਸੇ ਨੇ ਹੁਣ ਬਿਆਨਾਂ ਦੇ ਵਿੱਚ, ਬੜੀ ਵੱਡੀ ਜਿਹੜੀ ਹੈ ਉਹ ਇਸ ਵਕਤ ਚਰਚਾ ਛਿੜਪੀ ਹੈ। ਪਹਿਲਾਂ ਤਾਂ ਡਿਪਟੀ ਮੁੱਖ ਮੰਤਰੀ ਨੇ ਕਾਫੀ ਚਰਚਾ ਛਿੜੀ, ਫਿਰ ਬਿਆਨ ਆ ਗਿਆ, ਉਹਤੋਂ ਬਾਅਦ ਰਾਘਵ ਚੱਡਾ ਨੂੰ ਜਿਹੜਾ ਅਹੁਦਾ ਦਿੱਤਾ ਗਿਆ ਉਹਦੇ ਉੱਤੇ ਕਾਫੀ ਹੁਣ ਘਮਸਾਨ ਮੱਚਿਆ ਹੋਇਆ। ਉੱਥੋਂ ਸ਼ੁਰੂ ਕਰਨ ਤੋਂ ਪਹਿਲਾਂ ਨੰਬਰ ਦੇ ਦਈਏ 905-813-1320-9058-13-2020। ਤੁਹਾਡਾ ਨਜ਼ਰੀਆ ਕੀ ਹੈ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਜੋ ਕੁਝ ਹੋ ਰਿਹਾ? ਤਵਲਤ ਸਾਹਿਬ, ਅਸਲ 'ਚ ਜਿਹੜਾ ਇਹ ਰਾਘਵ ਚੱਡਾ ਨੂੰ ਜਿੱਦਾਂ ਪੰਜਾਬ ਦੇ ਵਿੱਚ ਪੰਜਾਬ ਦਾ ਮਾਲਕ ਬਣਾਇਆ ਜਾ ਰਿਹਾ ਨਾ ਜੀ, ਪੰਜਾਬ ਦੀ ਸਰਕਾਰ ਦੇ ਵਿੱਚ, ਇਹ ਮੇਰੇ ਖਿਆਲ 'ਚ ਭਗਵੰਤ ਮਾਨ ਇਸ ਦੀ ਵਿਰੋਧ ਤਾਂ ਕਿਉਂ ਨੀ ਕਰ ਰਹੇ, ਭਗਵੰਤ ਮਾਨ ਨੂੰ ਮਾਨਤਾ ਕਿਉਂ ਦੇ ਰਹੇ ਆ, ਇਹ ਸਮਝ ਤੋਂ ਬਾਹਰ ਆ ਗੱਲ। ਰਾਘਵ ਚੱਡਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਨੇੜੇ ਆ ਕੇਜਰੀਵਾਲ ਸਾਹਿਬ ਦੇ, ਅਜੇ ਤਾਂ ਖੈਰ ਫਿਊਚਰ ਦੀ ਗੱਲ ਆ, ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਨਾਲ ਰਿਸ਼ਤੇ ਵੀ ਜੁੜਨ ਲੱਗੀ ਆ, ਪਰ ਇਹਨੂੰ ਵੱਡਾ ਬਣਾ ਜਾ ਰਿਹਾ ਪੰਜਾਬ ਦੇ ਵਿੱਚ। ਕਿਤੇ ਇੱਦਾਂ ਹੋਵੇ, ਕਿਤੇ ਸ਼ੁਰੂ ਸ਼ੁਰੂ ਕਰਕੇ ਗਰਾਊਂਡ ਤਿਆਰ ਕਰਕੇ ਕਿਸੇ ਇਸਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਗੱਲ ਮਨ ਵਿੱਚ ਹੋਵੇ, ਭਗਵੰਤ ਮਾਨ ਨੂੰ ਸਿਰ ਪਿੱਛੇ ਲਾਉਣ ਦੀ ਗੱਲ ਹੋਵੇ, ਏਦਾਂ ਦੀ ਗੱਲ ਵੀ ਹੋ ਸਕਦੀ ਆ। ਕਿਉਂਕਿ ਪਰ ਪੰਜਾਬੀ ਇਹਨੂੰ ਕਿੱਦਾਂ ਬਰਦਾਸ਼ਤ ਕਰਨਗੇ। ਹੁਣ ਇਹਨੂੰ ਲਾ ਦਿੱਤਾ ਗਿਆ ਸਲਾਹਕਾਰ, ਜਿਹੜੀ ਕਹਿੰਦੇ ਵੀ ਸਲਾਹਕਾਰ ਕਮੇਟੀ ਹੈਗੀ ਆ, ਸਲਾਹਕਾਰ ਕਮੇਟੀ ਇਹ ਜਿਹੜੀਆਂ ਕਮੇਟੀਆਂ ਬਣ ਰਹੀਆਂ ਨੇ, ਇਹ ਪੰਜਾਬ ਦੇ ਜਿਹੜੀਆਂ ਇਹ ਹੁੰਦੀਆਂ ਨਾ ਕਮੇਟੀ ਕਮੁਟੀਆਂ, ਪੰਜਾਬ ਦੇ ਹਿੱਤ ਵਿੱਚ ਕਦੇ ਹੋਈਆਂ ਨੀਗੀਆਂ ਵੈਸੇ। ਉਹ ਜਿਹੜੇ ਕੇਂਦਰ ਦੀਆਂ ਕਮੇਟੀਆਂ, ਦਿੱਲੀ ਦੀਆਂ ਕਮੇਟੀਆਂ, ਦਿੱਲੀ ਦਾ ਪੰਜਾਬ ਦੇ ਨਾਲ ਸੰਬੰਧ ਕੋਈ ਬਹੁਤਾ ਚੰਗਾ ਨਹੀਂ ਰਿਹਾ, ਕਦੇ ਵੀ ਚੰਗਾ ਨਹੀਂ ਰਿਹਾ, ਦਿੱਲੀ ਤੇ ਪੰਜਾਬ ਦੀ ਆਪਸੀ ਟਕਰਾਅ ਰਿਹਾ ਸ਼ੁਰੂ ਤੋਂ ਹੀ। ਤੇ ਬੇਸ਼ੱਕ ਆਪੋ ਆਪਣੇ ਪੱਖ, ਸਭ ਤੋਂ ਵੱਡੀ ਗੱਲ ਕੀਦਾ ਸਾਹਿਬ ਇਹ ਖੜੀ ਹੁੰਦੀ ਆ ਕਿ ਜੇ ਰਾਘਵ ਚੱਡਾ ਏਡਾ ਸੁਲਝਿਆ ਹੋਇਆ, ਏਡਾ ਇੰਟੈਲੀਜੈਂਟ ਹੈ, ਏਡਾ ਬਹੁਤ ਵਧੀਆ ਬ੍ਰੇਨ ਵਾਲਾ ਬੰਦਾ ਹੈ, ਇੱਕ ਤਾਂ ਉਹਨੂੰ ਰਾਜ ਸਭਾ ਦਾ ਪੰਜਾਬ 'ਚੋਂ ਨੌਗਾ ਪਾ ਕੇ ਅਤੇ ਉਹਨੂੰ ਉੱਥੇ ਲੈ ਕੇ ਗਏ, 2020 ਦੇ ਵਿੱਚ ਉਹ MLA ਬਣਦਾ ਦਿੱਲੀ ਦੇ ਵਿੱਚੋਂ, ਉੱਥੇ ਕੇਜਰੀਵਾਲ ਉਹਨੂੰ ਕੋਈ ਆਪਣੇ ਮੰਤਰੀ ਮੰਡਲ ਦੇ ਵਿੱਚ ਕਿਉਂ ਨਹੀਂ ਏਡੇ ਵੱਡੇ ਬ੍ਰੇਨ ਨੂੰ ਸ਼ਾਮਿਲ ਕਰਦਾ? ਮਤਲਬ ਪੰਜਾਬ ਦੇ ਸਿਰ 'ਤੇ ਹੀ ਇਹਦਾ ਕਿਉਂ ਜਿਹੜਾ ਹੈ ਉਹ ਬੋਝ ਪਾਇਆ ਜਾ ਰਿਹਾ, ਸਾਰਾ ਖਰਚਾ ਪੱਠਾ ਪੰਜਾਬ ਦੇ ਸਿਰ 'ਤੇ, ਪੰਜਾਬ ਦਾ ਇਹਨਾਂ ਦੇ ਕੋਲ ਲੈਣ ਦੇਣ ਨਹੀਂ, ਪੰਜਾਬ ਤੋਂ ਕੋਈ ਚੋਣਾਂ ਨਹੀਂ ਲੜੀਆਂ, ਲਿਆ ਕੇ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ, ਹੁਣ ਜਿਹੜੀ ਕਮੇਟੀ ਆ ਉਹਦਾ ਚੇਅਰ, ਸਾਰੇ ਕਮੇਟੀ ਦੇ ਮੈਂਬਰ ਜਵਾਬ ਦੇ ਹੋਣਗੇ ਇਹਨੂੰ, ਮਤਲਬ ਡਿਪਟੀ ਮੁੱਖ ਮੰਤਰੀ ਤੋਂ ਘੱਟ ਕੀ ਹੋਇਆ ਹੈ? ਹਰ ਥਾਂ ਮੁੱਖ ਮੰਤਰੀ ਹੋਇਆ ਜੀ, ਡਿਪਟੀ ਮੁੱਖ ਮੰਤਰੀ ਦਾ ਮਤਲਬ ਹੁੰਦਾ ਨੀ ਮੁੱਖ ਮੰਤਰੀ ਦੇ ਹੇਠਾਂ, ਇਹ ਮੁੱਖ ਮੰਤਰੀ ਨੂੰ ਸਲਾਹ ਦੇਗਾ ਨਾ ਜੀ, ਗੋਡਿਆਂ ਨੂੰ ਹੱਥ ਲਾ ਕੇ, ਮਤਲਬ ਜਿਹੜੇ ਆਸ਼ੀਰਵਾਦ ਲੈਣਾ, ਕਿਤੇ ਗੋਡਿਆਂ ਨੂੰ ਹੱਥ ਲਾਉਂਦਾ ਲਾਉਂਦਾ ਪੈਰਾਂ ਤੋਂ ਕੋਈ ਪਟਾਕੀ ਨਾ ਮਾਰ ਦੇਵੇ, ਇਹਦਾ ਪੰਜਾਬੀਆਂ ਨੂੰ ਚਿੰਤਾ ਹੋਣੀ ਚਾਹੀਦੀ ਹੈ। ਬਾਕੀ ਵੈਸੇ ਚੁਣੇ ਹੋਏ ਨੁਮਾਇੰਦੇ ਜਿਹੜੇ ਨੇ ਉਹਨਾਂ ਦੇ ਜਿਹੜੀ ਚੁੱਪੀ ਆ ਉਹ ਬੜੇ ਵੱਡੇ ਸਵਾਲ ਖੜੇ ਕਰਦੀ ਹੈ। ਭਗਵੰਤ ਮਾਨ ਚੁਣੇ ਹੋਏ ਨੁਮਾਇੰਦੇ, ਚਾਵੜਾ ਸਾਹਿਬ ਚੁਣੇ ਨੁਮਾਇੰਦੇ ਤਾਂ ਚੁਣੇ ਉਸ ਤਰ੍ਹਾਂ ਦੇ ਨਾ ਜੀ, ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਕਿ ਆਪਾਂ ਨਾ ਬਹੁਤੇ ਕਰੀਏ, ਕਮਰ ਸੰਧੂ ਵਰਗੇ ਬੰਦੇ ਨਾ ਲੈ ਕੇ ਆਈਏ ਵਿੱਚ ਆਪਾਂ, ਤੇ ਸੁਖਪਾਲ ਖਹਿਰੇ ਵਰਗੇ ਬੰਦੇ ਨਾ ਲੈ ਕੇ ਆਈਏ ਆਪਾਂ, ਤੇ ਨਾਜਰ ਸਿੰਘ ਮਾਨਸਾਹੀਆ ਵਰਗੇ ਬੰਦੇ ਨਾ ਲੈ ਕੇ ਆਈਏ ਆਪਾਂ, ਤੇ ਇਹ ਜਿਹੜੇ ਬੰਦੇ ਬੋਲਦੇ ਆ ਨਾ, ਜਿਹਨਾਂ ਦੇ ਗਰਦਨ ਵਿੱਚ ਕਿੱਲਾ ਹੈਗਾ ਗੱਲ ਕਰਨ ਦਾ, ਉਹ ਇਹ ਬੰਦੇ ਨਾ ਲੈ ਕੇ ਆਈਏ। ਹੁਣ ਇਹਦੇ ਸੰਬੰਧ ਵਿੱਚ ਜਿਹੜਾ ਪੰਜਾਬ ਦੇ ਪ੍ਰਧਾਨ ਅਮਰਿੰਦਰ ਰਾਜਾ ਪੜਿੰਗ ਬੜੇ ਠੋਕ ਕੇ ਕਹਿੰਦੇ ਆ, ਕਹਿੰਦੇ ਵੀ ਜਿਹੜਾ ਇਹ ਸਿਸਟਮ ਹੈਗਾ ਨਾ ਜੀ, ਅਸਲ 'ਚ ਪੰਜਾਬ ਦੇ ਮੁੱਖ ਮੰਤਰੀ ਦੇ ਬਰਾਬਰ ਬਣਾ ਦਿੱਤਾ ਗਿਆ, ਤੇ ਇਸ ਤਰ੍ਹਾਂ ਪ੍ਰਗਟ ਸਿੰਘ ਵੀ ਕਹਿੰਦੇ ਆ, ਕਹਿੰਦੇ ਇਹ ਇੱਕ ਤਰ੍ਹਾਂ ਦਾ ਨਾ ਪੰਜਾਬ ਸੁਧਗਰ ਬਣਾਇਆ। ਹੁਣ ਪ੍ਰਤਾਪ ਸਿੰਘ ਬਾਜਵਾ ਦਾ ਬੜਾ ਵੱਡਾ ਕਮੈਂਟ ਹੈਗਾ, ਉਹ ਬੜਾ ਕਮਾਲ ਦਾ ਹੈਗਾ, ਉਹ ਕਹਿੰਦਾ ਜਿਵੇਂ ਨਾ 1846 ਵਿੱਚ ਬਰਤਾਨਵੀ ਸਮਾਜ ਨੇ ਸਿੱਖ ਰਾਜ ਨੂੰ ਬਾਹਰੋਂ ਕੰਟਰੋਲ ਕਰਨ ਵਾਸਤੇ ਬ੍ਰਿਟਿਸ਼ ਰੈਜੀਡੈਂਟ ਸਰ ਹੈਨਰੀ ਲਾਰੈਂਸ ਨੂੰ ਤੈਨਾਤ ਕੀਤਾ ਸੀਗਾ, ਸਰ ਹੈਨਰੀ ਲਾਰੈਂਸ ਪਤਾ ਆਪਾਂ ਇਤਿਹਾਸ ਦੇ ਧਰੋਕੇ ਵਿੱਚ ਪਿਆ ਹੈ, ਉਹਨਾਂ ਨੂੰ ਤੈਨਾਤ ਕੀਤਾ ਸੀਗਾ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਸਿੱਖ ਹੈਗੇ ਆ ਉਹਨਾਂ ਨੂੰ ਬਾਹਰੋਂ ਕੰਟਰੋਲ ਕਰੋ, ਇਹ ਕੰਟਰੋਲ ਵਿੱਚ ਆ ਨਹੀਂ ਰਹੇ। ਸਿਮਰਨ ਕਹਿੰਦਾ ਇਹਨੇ ਕੀਤਾ ਕਿ ਰਾਘਵ ਚੱਡਾ ਨੂੰ ਲੈ ਕੇ ਆਓ ਇੱਥੇ ਲਾਇਆ ਹੈਗਾ ਇਹਨੇ, ਇਹ ਆਪਾਂ ਆਪਣੇ ਪ੍ਰਤੀਕਰਮ ਚਾਵਲਾ ਸਾਹਿਬ ਆ ਰਹੇ ਨੇ, ਪਰ ਆਪਾਂ ਮੀਡੀਆ ਵਾਲੇ ਬੰਦੇ ਆ, ਕਰੀ ਜਾਂਦੇ ਹਾਂ ਗੱਲ, ਤੇ ਹੁਣ ਤੁਸੀਂ ਜਿਹੜੀ ਕਿ ਮੰਤਰੀ ਮੰਡਲ ਦੀ ਫੌਜ ਹੈਗੀ ਆ ਨਾ ਭਗਵੰਤ ਮਾਨ ਦੀ,
ਉਹ ਕੱਲੇ ਕੱਲੇ ਤੁਸੀਂ ਦੇਖ ਲਓ ਕੀ ਰਿਕਾਰਡ ਹੈਗਾ ਕਿੱਦਾਂ ਦਾ ਹੈਗਾ, ਉਹ ਬੇਚਾਰੇ ਬੋਲਦੇ ਨੀ ਤਾਂ ਕੰਮ ਕਰੀ ਜਾਂਦੇ ਆਪਾਂ, ਕਿੱਦਾਂ ਹੈਗਾ ਹੁਕਮ ਹੈ, ਹੁਕਮ ਵਜਾਉਣਾ ਸੀ। ਜੇ ਕੋਈ ਬੰਦਾ ਮਾੜਾ ਮੋਟਾ ਬੋਲਦਾ ਤੇ ਉਸ ਨੂੰ ਚੁੱਪ ਕਰਾਤਾ ਜਾਂਦਾ, ਮੈਂ ਚੁੱਪ ਕਰ ਪਾਈ। ਮਤਲਬ ਇਹੋ ਜਿਹੀ ਹੀ ਜਿਹੜੀ ਤਿਆਰ ਕਰ ਲਈ ਨਾ ਆਪਣਾ ਚਗਿਰਦਾ, ਇਹੋ ਜਿਹਾ ਤਿਆਰ ਕਰ ਲਿਆ ਕਿ ਜਿਹੜਾ ਕਿ ਜੋ ਕਹੀਏ ਜਸ ਮੈਨ ਬਸ ਜਸ ਸਰ ਹਿਜ ਵਾਇਸ ਆਫ ਜਿਹੜਾ ਹੈ ਨੀ ਸੀ ਆਪਣਾ ਉਹ ਕੰਪਨੀ, ਹਾਂਜੀ ਹਾਂਜੀ, ਜਿਵੇਂ ਉਹਦੇ 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 ਸਾਹਮਣੇ ਬੈਠਾ ਸੀ ਕੁੱਤਾ ਬੈਠਾ ਸੀਗਾ, ਉਹ ਹਿਜ ਵਾਇਸ ਆਫ ਕੰਪਨੀ ਬਸ ਉਦਾਂ ਦਾ ਕੰਮ ਬਣਾ ਦਿੱਤਾ ਇਹਨਾਂ ਨੇ ਜੀ। ਵਾਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਜੇ ਤਾਂ ਬੱਚੇ ਦੇ ਦੰਦ ਨਹੀਂ ਆਏ, ਜੇ ਦੰਦ ਆਉਣੇ ਸ਼ੁਰੂ ਹੋਏ ਫੇਰ ਕਰੂਗਾ। ਆਪਾਂ ਅਗਲੀ ਕਾਲ ਤੇ ਚੱਲਦੇ ਜੀ। ਹੈਲੋ ਚਾਵਲਾ ਜੀ, ਅਕੀਦਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਅਕੀਦਾ ਜੀ, ਗੱਲ ਏਦਾਂ ਹੈ ਵੀ ਉਹ ਡਿਪਟੀ ਚੀਫ ਮਿਨਿਸਟਰ ਨਹੀਂ, ਉਹ ਸੁਪਰ ਚੀਫ ਮਿਨਿਸਟਰ ਹੈ। ਜੇ ਕੋਈ ਬੰਦਾ ਦੱਸਦਾ, ਜੇ ਕੋਈ ਬੰਦਾ ਗੌਰਵ ਨੂੰ ਕਹਿੰਦਾ ਵੀ ਆਹ ਕੰਮ ਤੁਸੀਂ ਗਲਤ ਕਰ ਰਹੇ ਹੋ, ਤਾਂ ਕਹਿੰਦੇ ਏਰੀਆ ਜੀ ਤੁਹਾਡੇ ਖਿਲਾਫ਼ ਬੋਲਦਾ ਹੈ, ਇਹ ਤੁਹਾਡੇ ਖਿਲਾਫ਼ ਹੈ ਤੇ ਤੁਹਾਡੇ ਅਕਾਲ ਹੈ। ਜਿਹੜੇ ਬੰਦੇ 1900-2017 ਤੋਂ ਲੱਗੇ ਹੋਏ ਪਾਰਟੀ ਜੀ ਮਿੱਟੀਆਂ ਫੱਕੀਆਂ, ਉਹਨਾਂ ਦਾ ਹੱਕ ਨਹੀਂ ਹੈ ਬੋਲਣ ਦਾ, ਉਹਨਾਂ ਦਾ ਹੱਕ ਨਹੀਂ ਹੈ ਗੱਲ ਕਰਨ ਦਾ। ਇਹ ਤਾਂ ਇਹ ਵੀ ਖਬਰ ਆਈ ਹੈ ਵੀ ਇਹ ਤਾਂ 3 ਮਹੀਨੇ ਬਾਅਦ ਹੈ ਮੁੱਖ ਮੰਤਰੀ ਬਣ ਰਿਹਾ ਹੈ ਤੇ ਆਪਣਾ ਭਗਵੰਤ ਮਾਨ ਜੀ ਜਾ ਰਹੇ ਛੁੱਟੀ ਪਰ, ਇਹ ਗੱਲ ਵੀ ਤੁਹਾਡੇ ਸਾਹਮਣੇ ਆ ਜਾਣੀ 2 ਦਿਨਾਂ ਚ। ਤੇ ਜਿਹੜੀ ਕੋਠੀ ਲਈ ਹੈ 8 ਸੈਟ ਚ, ਉਹ ਕੋਠੀ ਲੈਣਾ ਮਤਲਬ ਕਿਆ ਹੈ? ਇੱਥੇ ਪੰਜਾਬ ਚ ਕੋਈ ਇੰਟੈਲੀਜੈਂਟ ਬੰਦਾ ਰਿਹਾ ਹੀ ਨੀ। ਜੇ 93 MLA ਬਣੇ ਉਹ ਸਾਰੇ ਹੀ ਬਿਲਕੁਲ ਅਨਪੜ੍ਹ ਹੈ, ਉਹਨਾਂ ਪਤਾ ਹੀ ਨੀ ਪੋਲਿਟਿਕਸ ਕਿਆ ਹੁੰਦੀ ਹੈ। ਇਹ ਦਿੱਲੀ ਵਿੱਚ ਵੀ MLA ਬਣ ਗਿਆ, ਰਾਜ ਸਭਾ ਮੈਂਬਰ ਜਿਹੜਾ ਜਿਹੜੇ ਘਰਾਮ ਚੌਧਰੀ ਬਣਨੇ ਹੈ, ਇਹ ਕਿਉਂ ਨੀ ਬੋਲਦਾ ਬਾਈ? ਕਿਉਂ ਨੀ ਰਾਜ ਸਭਾ ਚ ਆਪਣੇ ਬੰਦੇ ਭੇਜੇ? ਕਿੰਨੇ ਤਕੜੇ ਬੰਦੇ ਸਾਡੇ ਕੋਲ ਇੰਟੈਲੀਜੈਂਟ ਬੈਠੇ ਹੈ, ਫੌਜੇ ਬੈਠੇ, ਖੇਡਾਂ ਵਾਲੇ ਬੈਠੇ, ਖੇਤੀਬਾੜੀ ਬੈਠੇ, ਕੋਈ ਨੀ ਬੋਲਦਾ ਹੈਗਾ। ਉਹ ਕਹਿੰਦੇ ਜੀ ਅਸੀਂ ਬੜੇ ਖਾਸ ਹਾਂ, ਅਸੀਂ ਖਾਸ ਹਾਂ, ਸਾਨੂੰ ਫੇਰ ਆਉਣਗੇ ਜੀ, ਕੰਮ ਕਰ ਲੈਂਦੇ ਹੋ ਜਿੱਦਾਂ ਅਸੀਂ ਪਤਾ ਨੀ ਉੱਥੇ ਕੋਈ ਡੰਡਾ ਅੜਾ ਕੇ ਬੈਠੇ ਨੇ ਉਹਨਾਂ ਦੇ ਕੰਮ ਦੇ ਵਿੱਚ, ਅਸੀਂ ਤਾਂ ਫੈਸਲਾ ਤੇ ਟਿੱਪਣੀ ਕਰਦੇ। ਬਿਲਕੁਲ ਇਹ ਗੱਲ ਹੈ, ਅਸੀਂ ਕਹਿੰਦੇ ਅਸੀਂ ਤੁਹਾਡੇ ਚੰਗੇ ਦੀ ਭੱਲੇ ਦੀ ਗੱਲ ਕਰਦੇ ਹਾਂ, ਮਿਹਰਬਾਨੀ, ਅਸੀਂ ਤੁਹਾਡੇ ਉਲਟ ਨੀ ਬੋਲਦੇ। ਥੈਂਕ ਯੂ, ਮਿਹਰਬਾਨੀ ਜੀ। ਸ਼ਨੀਵਾਰ 320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰਗਲਾ ਪੰਜਾਬ। CM ਭਗਵੰਤ ਮਾਨ ਚੰਡੀਗੜ੍ਹ ਦੇ ਪ੍ਰਸ਼ਾਸਕਾਂ ਨੂੰ ਲਿਖੀ ਚਿੱਠੀ, ਪੰਜਾਬ ਨੂੰ ਉਸਦਾ ਹੱਕ ਦਿਓ। ਸੁਖਬੀਰ ਬਾਦਲ ਤੇ ਲਗਾਏ ਵੱਡੇ ਦੋਸ਼, ਪਰ ਬਾਦਲ ਸਾਹਿਬ ਦਾ ਬਿਆਨ ਵੀ ਕਾਬਲੇ ਗੌਰ ਹੈ ਸੁਣਨ ਪੜ੍ਹਨ ਵਾਲਾ। ਕੀ ਕਹਿਣਾ ਚਾਹੋ? ਹਾਂ, ਚਾਵਲਾ ਸਾਹਿਬ ਸੋਚਣਾ, ਜਿਹੜਾ ਭਗਵੰਤ ਮਾਨ ਨੇ ਚਿੱਠੀ ਲਿਖੀ ਹੈ ਪ੍ਰਕਾਸ਼ ਕੁਮਾਰ ਰਾਜਪਾਲ ਨੂੰ ਚਿੱਠੀ ਲਿਖੀ ਹੈ, ਜਿਹੜਾ ਪੰਜਾਬ ਦਾ ਰਾਜਪਾਲ ਹੈਗਾ ਬਨਵਾਰੀ ਲਾਲ ਪੁਰੋਹਿਤ ਨੂੰ, ਉਹਨਾਂ ਨੂੰ ਇਹ ਗੱਲ ਕਿਹਾ ਕਿ ਹੁਣ ਤੱਕ ਅਸੀਂ ਦੇਖਣ ਵਿੱਚ ਆਇਆ ਕਿ ਸਾਡਾ ਹੱਕ ਨਹੀਂ ਮਿਲ ਰਿਹਾ ਪੰਜਾਬ ਨੂੰ। ਚੰਡੀਗੜ੍ਹ ਦੇ ਵਿੱਚ 60-40 ਦੀ ਰੇਸ਼ੋ ਅਧਿਕਾਰੀਆਂ ਦੇ ਵਿੱਚ ਹੋਣੀ ਚਾਹੀਦੀ ਹੈ। ਤੁਸੀਂ ਤਾਂ ਵੱਡੇ ਵੱਡੇ ਅਧਿਕਾਰੀ ਵੀ ਜਿਹੜੇ ਹੈਗੇ ਆ ਉਹ ਹਰਿਆਣਾ ਕਾਡਰ ਦੇ ਲਾਤੇ ਆ ਉਹਦੇ ਵਿੱਚ ਚੰਡੀਗੜ੍ਹ ਦੇ ਵਿੱਚ, ਤੇ ਇਹ ਗੱਲ ਠੀਕ ਨਹੀਂ। ਤੁਸੀਂ ਕਿਰਪਾ ਕਰੋ ਕਿ ਹੁਣ 60-40 ਦੀ ਰੇਸ਼ੋ ਜਿਹੜੀ ਹੈਗੀ ਆ ਉਹ ਤੁਸੀਂ ਦਿਓ ਪੰਜਾਬ ਨੂੰ, ਤਾਂ ਗੱਲ ਬਣੇਗੀ। ਦੂਜੇ ਪਾਸੇ ਜਦੋਂ ਇਹਨਾਂ ਨੇ ਬਾਦਲਾਂ ਨੇ ਗੱਲ ਕੀਤੀ ਆ, ਸੁਖਬੀਰ ਬਾਦਲ ਨੇ ਗੱਲ ਕੀਤੀ ਆ, ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਆਪਣਾ ਚੰਡੀਗੜ੍ਹ ਵਾਲਾ ਮੁੱਦਾ ਤੁਸੀਂ ਛੱਡ ਰਹੇ ਹੋ, ਚੰਡੀਗੜ੍ਹ ਦੇ ਮੁੱਦੇ ਨੂੰ ਛੱਡ ਰਹੇ ਹੋ ਤੁਸੀਂ ਬਾਹਰ, ਉਹਨੇ ਨੇ ਉਹ ਤਾਂ ਜਵਾਬ ਦਿੱਤਾ ਕਹਿੰਦੇ ਸੁਖਬੀਰ ਬਾਦਲ ਨੇ ਤਾਂ ਚੰਡੀਗੜ੍ਹ ਤੋਂ ਦਫ਼ਤਰ ਮੋਹਾਲੀ ਵਿੱਚ ਸਿਫਤ ਕਰਤੇ ਸੀਗੇ, ਚੰਡੀਗੜ੍ਹ ਨੂੰ ਛੱਡਣ ਲੱਗ ਪਏ ਸੀ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤਾਂ, ਉਹਨਾਂ ਨੇ ਤਾਂ ਚੰਡੀਗੜ੍ਹ ਦੇ ਬਰਾਬਰ ਨਵੀਂ ਚੰਡੀਗੜ੍ਹ ਬਿਠਾਈ ਹੈ ਚੰਡੀਗੜ੍ਹ ਨੂੰ ਛੱਡਣ ਵਾਸਤੇ, ਚੰਡੀਗੜ੍ਹ ਛੱਡ ਦੇਣੀ ਆ ਆਪਾਂ ਨੇ। ਚੰਡੀਗੜ੍ਹ ਤੇ ਤਾਂ ਹਾਕੀ ਛੱਡਤਾ ਸੁਖਬੀਰ ਬਾਦਲ, ਉਹਨਾਂ ਨੇ ਬਾਦਲ ਪਰਿਵਾਰਾਂ ਨੇ, ਇਹ ਭਗਵੰਤ ਮਾਨ ਕਹਿੰਦੇ ਆ। ਭਗਵੰਤ ਮਾਨ ਨੇ ਕੱਲ ਕਾਫੀ ਬੋਲਿਆ, ਕਹਿੰਦੇ ਵੀ ਇਹ ਗੱਲਾਂ ਕਰਦੇ ਅਸਾਂ ਚੰਡੀਗੜ੍ਹ ਦੇ ਬਾਰੇ ਚ ਚੰਡੀਗੜ੍ਹ ਲੈ ਰਹੇ ਹਾਂ। ਇਹ ਚਰਚਾ ਉੱਥੋਂ ਸ਼ੁਰੂ ਹੋਈ ਆ ਚਾਵਲਾ ਸਾਹਿਬ, ਜਦੋਂ ਅਮਿਤ ਸ਼ਾਹ ਦੀ ਅਗਵਾਹੀ ਵਿੱਚ ਜੋ ਮੀਟਿੰਗ ਹੋਈ ਆ ਰਾਜਸਥਾਨ ਦੇ ਜੈਪੁਰ ਦੇ ਵਿੱਚ, ਉਸ ਵੇਲੇ ਵੱਖਰੀ ਜਿਹੜੀ ਵਿਧਾਨ ਸਭਾ ਬਣਾਉਣ ਵਾਸਤੇ ਜਗ੍ਹਾ ਚੰਡੀਗੜ੍ਹ ਵਿੱਚ ਦੇਣ ਦਾ ਐਲਾਨ ਕੀਤਾ ਅਮਿਤ ਸ਼ਾਹ ਨੇ ਹਰਿਆਣਾ ਨੂੰ, ਉਸ ਤੋਂ ਸ਼ੁਰੂ ਹੋਇਆ ਕੰਮ। ਭਗਵੰਤ ਮਾਨ ਨੇ ਗੱਲ ਕਹਿਤੀ ਵੀ ਸਾਡਾ ਵੀ ਹੱਕ ਆ, ਅਸੀਂ ਵੀ ਬਣਾਵਾਂਗੇ ਵੱਖਰੀ, ਮਤਲਬ ਕਿ ਜੜ ਕੇ ਇਹ ਕਹਿਣਾ ਚਾਹੀਦਾ ਸੀ ਭਗਵੰਤ ਮਾਨ ਨੂੰ ਉਸ ਟਾਈਮ ਕਿ ਚੰਡੀਗੜ੍ਹ ਦੇ ਵਿੱਚ ਕੋਈ ਬਿਲਡਿੰਗ ਹੋਰ ਬਣੇ ਨਹੀਂ ਸਕਦੀ, ਏਦਾਂ ਨੂੰ ਤੁਸੀਂ ਕਿੱਦਾਂ ਦੇ ਸਕਦੇ ਹੋ? ਚੰਡੀਗੜ੍ਹ ਦੇ ਵਿੱਚ ਤੁਸੀਂ ਹਰਿਆਣਾ ਨੂੰ ਕਿਵੇਂ ਦੇ ਸਕਦੇ ਹੋ? ਤੁਸੀਂ ਆਪਣਾ ਬਣਾਓ, ਕਿਤੇ ਹੋਰ ਬਣਾਓ, ਰੋਹਤਕ ਬਣਾਓ, ਕਿਤੇ ਕੁਰਕਸ਼ੇਤਰ ਬਣਾਓ, ਕਿਤੇ ਹੋਰ ਬਣਾਓ, ਚੰਡੀਗੜ੍ਹ ਕਿੱਦਾਂ ਬਣਾ ਸਕਦੇ ਹੋ? ਇਹ ਗੱਲ ਕਹਿਣੀ ਬਣਦੀ ਸੀ, ਪਰ ਉਹਨਾਂ ਨੇ ਸਗੋਂ ਆਪਣਾ ਹੀ ਹੱਕ ਵੱਖਰਾ ਭਗਵੰਤ ਮਾਨ ਨੇ ਰੱਖ ਲਿਆ ਹੈਗਾ। ਸੋ ਇਹ ਚਰਚਾ ਕਾਫੀ ਹੋਣੀ ਹੈ ਚਾਵਲਾ ਸਾਹਿਬ ਹੁਣ, ਤੇ ਭਗਵੰਤ ਮਾਨ ਨੇ ਆਪਣਾ ਭਰਪਾਈ ਕਰਨ ਵਾਸਤੇ ਚਿੱਠੀ ਲਿਖੀ ਆ ਰਾਜਪਾਲ ਜੀ ਨੂੰ, ਸੱਚ ਭਰਪਾਈ ਹੋ ਜਾਵੇ ਜਿਹੜੇ ਉਹਦੇ ਵਿਰੋਧ ਤਾਂ ਹੋਣੀ ਆਉਣ ਵਾਲੇ ਸਮੇਂ ਚ ਚੱਲ ਪਏ। ਤੇ ਚੰਡੀਗੜ੍ਹ ਛੱਡੋ, ਚੰਡੀਗੜ੍ਹ ਚ ਕੀ ਪਿਆ ਰੱਖਿਆ ਕੀ ਜੀ, ਇਹ ਗੱਲ ਵੀ ਦਿੱਲੀ ਵਾਲੇ ਕੋਲ ਆ ਸਕਦੇ ਆ ਹੁਣ ਭਗਵੰਤ ਮਾਨ ਤੋਂ ਚਾਵਲਾ ਸਾਹਿਬ। ਚਲੋ ਐਨੀਵੇ, ਆਪਾਂ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਕੀਤਾ ਸਰੈਂਡਰ 3 ਦਿਨ ਦਾ, ਪੁਲਿਸ ਰਿਮਾਂਡ, ਕੀ ਕਹਿਣਾ ਚਾਹੋਗੇ? ਸਿਆਸਤ ਤੋਂ ਪ੍ਰੇਰਿਤ ਆ ਕੇਸ ਇਹ, ਸਿਮਰਜੀਤ ਸਿੰਘ ਬੈਂਸ ਕਹਿੰਦੇ ਆ ਇਹ ਸਾਰਾ ਕੁਛ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ। ਜੇਕਰ ਸਿਆਸਤ ਤੋਂ ਪ੍ਰੇਰਿਤ ਸੀ ਭਰਾਵਾ, ਫਿਰ ਇੰਨੇ ਦਿਨਾਂ ਤੋਂ ਤੁਸੀਂ ਬਾਹਰ ਕਿਉਂ ਫਿਰੀ ਗਏ?
फेस करना चाहिदा सीगा किसी औरत ने किसी बीबी ने तुहाडे ते इल्जाम लाए हैगे लगातार धरना दे रही है वो ते तुहानू उस गल ते कानून नू फेस तुसीं अपना जिहड़ा कि सहुं चकदे हो एमएलए दी जां जो भी तुसीं कानून दे संबंध विच काम करन दी गल करदे हो तुसीं खुद जदों तुहाडे ते पैंदी है तां फिर तुसीं बाहर भज्जे फिरदे हो। मैं कोई सिमरजीत सिंह बैंस दा कोई कोई उहदा खैर खुआ जां उहदा कोई खिलाफ नहीं हैगा मैं, पर एक गल हैगी है कि जे किसी बंदे ते कोई गल हो जाए तां उह फेस करना चाहीदा नंबर एक। नंबर दो, तिन्नां दा पुलिस रिमांड है पुछगिछ होनी है भी जो भी गलबात दोष लाए ने इल्जाम लाए ने। वैसे जो रेप की गलबात होंगी है चावला साहब उसकी कोई पुछगिछ होने की गल नहीं होंगी, औरत वालों दिए गए बयान से आधार सारा काम होंदा। कानून यह कहना है कि दो बंदे खड़े ने एक औरत आउंदी आ एक बंदे नूं बुलाउंदी आ कि आयो माड़ा जिहा एक मिनट सुनो मेरी गल, तां गल सुन चला जांदा है ते वह दस मिनट गल करदे आ ते बाद विच औरत उस बंदे ते इल्जाम ला दिंदी आ कि मैनूं इहने छेड़छाड़ कीती आ, तां औरत दी गल सुनी जाए कानून यह कहिंदा। सिमरजीत सिंह मैं बड़े वड्डे पद्धर से उलझे हुए उस मुद्दे से ते उस इल्जाम भी खतरनाक लगे ने फेस करना पैना। रिमांड की गल तो पता नहीं क्यों रिमांड दिता गया, उहदे कई पक्ष रखे ने रिमांड दे देने वास्ते, पर एक गल हैगी आ कि सिमरजीत सिंह बैंस उलझ चुके ने चावला साहब। मत्तेवाड़ा जंगल काफ़ी चर्चा दे विच है, उत्थे हुण जो कैप्टन साहब का बयान है वह अपने आप से हैरान करने वाला, पर जिवें कल उत्थे वड्डी तादाद दे विच इहदे लई विरोध उठिया उहनूं लै के ये जंगल नहीं बनेगा जो भगवंत मान उन्हों का बयान आया, की कहना चाहोगे? हाँ चावला साहब, ये असल च ना जिहड़ा ये बयान भगवंत मान का असल च रौला बहुत पिया हुआ सीगा, बड़े वड्डे पद्धर से यह मुद्दा चुकया जा रहा सीगा। उत्थे बंदे मौके से पहुंच के मत्तेवाड़ा जंगल के तहत सतलुज के नेड़े खड़ के बड़े लोगों ने वीडियो पाइया भी इतने बड़ा माहौल खराब हो जाना है जेकर मत्तेवाड़ा दे विच कोई एहोजी इंडस्ट्री लग गई, बड़ा बड़ा खराब माहौल हो जाना। यह गल आम तौर पर आखी जा रही थी। भगवंत मान ने कल दरबार साहब की जिहड़े नेड़े खड़ के बिल्कुल नेड़े दरबार साहब के खड़े थे उस वेले उन्होंने बयान दिता है कि मत्तेवाड़ा का जंगल उजाड़ा नहीं जाएगा। असल च जदों ना केंद्र सरकार का प्रोजेक्ट कहिंदे आया सीगा उस वेले उन्होंने हां करती सी, उन्होंने सैन करता सीगा भी 1000 एकड़ दे विच उहदे कोई बनाउणी आ इंडस्ट्री बनाउणी आ कोई कोई प्रोजेक्ट बनाउणा टैक्सटाइल जिहड़े दे पार्क दे प्रोजेक्ट बनाउणे आ कोई, इह गल उन्होंने कीती सी। कैप्टन अमरिंदर सिंह ने झटपट सैन करते सीगे जी, जदों साडे कोले फाइल आई असीं देखी फाइल ध्यान दित्ता तां असीं कहा वी तां पंजाब दे विच जंगल उजाड़न वाली गल है, कहिंदा पंजाब दे पानी उजाड़न वाली गल है क्योंकि सतलुज गंदा पानी पैना होर गंदा हो जाना पानी, इस करके असीं फिर सैन इहदे उल्टा करता असीं उह प्रोजेक्ट रद्द कर दिता है। कैप्टन अमरिंदर सिंह दा बयान भी आ गया चावला साहब, तुसीं पढ़ी लिया होणा सारे अपने दर्शकों ने, उन्होंने कहा कहिंदा इह तां मतलब ही नहीं है जी भी कोई जंगल उजाड़न की गल नहीं सी, उह तां इक पासे सीगा जंगल तो एक पासे सी गल, उह तां इहनां ने इह तां बहुत माड़ी गल कीती है, पिछला गल है कहिंदे इह पिछला गल है, बिना मतलब का गलत फैसला हैगा इह जिहड़ा इहनां रद्द कीता हैगा ते इह कोई होर काम कर रहा बंदा इहदे पिछे, कहिंदा इह तां बड़ी पंजाब दे वास्ते बड़ा फायदा होना सीगा। कैप्टन साहब इह गल कहिंदे आ, कैप्टन साहब अजकल ज्यादा ही खैर खुआ हैगे आ भाजपा दे, कहिंदे ने भाजपा दे विच लोक जिहड़ी पंजाब लोक कांग्रेस है वो शमूलियत उहदे विच मर्ज हो रही आ, इह वी गल है ते कैप्टन साहब दा बयान जदों आया लोगों विच तक विरोध तां होणी वा, पर एक गल है चावला साहब कि मत्तेवाड़ा प्रोजेक्ट दे विच बहुत ज्यादा उलझाट च आ गई सीगी मान सरकार, राजनीति ना की जाए, मां का पुत चल गया प्यो की डगोरी चल गई है बस लाला 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 चार दिन गीत पढ़ो ना जो पिया कोविड-19 रौला वह गीत उतो शुरू करता अपने मेरे ख्याल पुत ਤੂੰ ਪਿਓ ਕਹਿੰਦਾ ਕਿ ਕਿਉਂ ਸਿਰ ਸੁੱਟ ਕੇ ਬੈਠਾ ਹੋ, ਮਤਲਬ ਸੁਣੋ ਨਾ ਗੀਤ ਨੂੰ ਸਾਰਾ 2-3 ਵਾਰੀ ਰਿਪੀਟ ਕਰਕੇ ਸੁਣੋ, ਪਿਆਰ ਜਿਹੜੇ ਬਾਹਰ ਤਖਤੀਆਂ ਫੜੀ ਫਿਰਦੇ ਆਪਣਾ ਨਾਂ ਹੀ ਚਮਕਾਉਣ ਵਾਸਤੇ ਆਏ ਨੇ, ਕਲਚਰ ਦੀ ਵਿਰਸੇ ਦੀ ਗੱਲ ਕਰਨ ਵਾਲੇ ਜਿਹੜੇ ਲੋਕਾਂ ਦੀ ਵੀ ਗੱਲ ਕੀਤੀ ਉਹਨੇ, ਉਹਦੇ ਸਾਰੇ ਗੀਤ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇੱਕ ਪਿਓ ਆਪਣੇ ਪੁੱਤ ਨੂੰ ਉਹ ਸਾਰੀ ਕਹਾਣੀ ਦੇ ਵਿੱਚ ਬਿਆਨ ਕਰਦਾ ਉਹ ਗੀਤ ਦੇ ਵਿੱਚ ਵੀ ਕਿਵੇਂ ਉਹ ਹੌਸਲਾ ਦਿੰਦਾ ਵੀ ਕਿਵੇਂ ਉਹਦਾ ਵਿਰੋਧ ਹੋ ਰਿਹਾ ਵੀ ਇਹ ਕੁਛ ਨਹੀਂ ਆ, ਇਹ ਲੋਕ ਤੇਰਾ ਨਾਂ ਲੈ ਕੇ ਨਾਂ ਚਮਕਾਉਣਾ ਚਾਹੁੰਦੇ ਆ, ਰਾਜਨੀਤੀ ਕਰਨਾ ਚਾਹੁੰਦੇ, ਰਾਜਨੀਤੀ ਹੁਣ ਇਹਦੀ ਮੌਤ ਤੋਂ ਬਾਅਦ ਰੱਜ ਕੇ ਹੋਈ ਆ ਹਰੇ ਹੋਣੀ ਆ ਤੇ ਹੋ ਵੀ ਰਹੀ ਹੈ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਦੇਖੋ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਨਾ ਜੀ ਇੱਕ ਵਿਅਕਤੀ ਵੱਲੋਂ ਇੱਕ ਆਗੂ ਵੱਲੋਂ ਇੱਕ ਵਿਦੇਸ਼ ਪਾਰਟੀ ਦੇ ਆਗੂ ਵੱਲੋਂ ਤੇ
पाई सी पटीशन पाई सी पटीशन के तहत उन्होंने कहा कि जांच सही नहीं हो पा रही मानयोग हाई कोर्ट ने इस गल से बड़ा अहम नुकता साझा करद गल आखी है कि राजनीतिकरण की गल है ना की जाए सीबीआई जांच नहीं करेगी वैसे ये काफी पक्ष पेश किए सरकार वालों अपने भी क्योंकि दिल्ली भी जिहड़ी के जांच कर रही है स्पैशल फोर्स हैगी उन्हें फड़े ने इस संबंध में काफी जिहड़े के जो गैंगस्टर सीगे जो उन्होंने संबंधित सीगे फड़े ने ते पंजाब पुलिस भी उसदे काम कर रही है जिवें कि सिमरजीत सिंह मान कहिंदे आ कि इह भी कौमांतरी एजेंसी जांच करे वह उन्हां दा अपना पक्ष हैगा कि इस सिर्फ उही जांच की जा रही है उस संदर्भ में जिवें कि गैंगस्टरां ने कहा सीगा जो गैंगस्टरां ने कहा सीगा रस्ता उही अपनाया जा रहा वक्खरे तरह की जांच नहीं की जा रही पंजाब पुलिस वालों इस करके लगता है भी ये बहुत कुछ खुलासा होने वाला नहीं है यह भी गल है चलता तो दूजे पासे लॉरेंस बिश्नोई जिहड़ा कि इस केस के बहुत अहम कड़ी है बहुत अहम बंदा है उसनू कल हुशियारपुर पुलिस के हवाले किया कि शराब के ठेकेदार से हमले की गल हैगी सादरां का पुलिस रिमांड मिलिया लॉरेंस बिश्नोई का पर एक गल बड़ी कमाल दी है कि किसी शराब के ठेकेदार उत्ते हमला करने के मामले में सादरां का पुलिस रिमांड दिता अदालत ने यह समझ तो बाहर है हमला ही होया सादरां का पुलिस रिमांड लैण की गल सी कहना भाव है भी लॉरेंस बिश्नोई हूँ अंतरराष्ट्रीय इंटरनेशनल लेवल सिद्धू मूसे वाले कतल भूमिका जे उन्होंने किन्नी क्या किन्नी नहीं जो उन्होंने वकील कोर्ट केस लड़ूगा उदो कहूगा साडे मोकल नूं जे इन्होंने प्रेशराइज किया साडा मोकल तो है ही नहीं तो जे हैगा तो सब तो वड्डा लोकतंत्र सब तो वड्डी जिहड़ी साडियां एजेंसियां ने मतलब सारी एजेंसियां आ जांदियां इवें इवन दो जिहड़ा जेल प्रशासन भी दायरे च आउंदा कि वह अंदर बैठा सैल दे विच किवें अपना नैटवर्क चला रहा भी तुसीं मतलब उत्थे सब तो वड्डी गल तां इह है हाँ जी ते किवें सेफ है भी जिहड़ा कैदी है उहदे कोल ही सारा कुछ हैगा तो फिर किवें सेफ ही दुनिया जे अंदर बैठे ही इहो जिहे लोक जिहड़े ने इन्ने खतरनाक लोग जिहड़े ने लोगों को डरा रहे ने धमका रहे ने रंगदारियां लै रहे ने ते कतल हो रहे ने उन्होंने इशारियां ते उन्होंने कहन दे उत्ते ते फिर किहड़ा सेफ किहड़ा बंदा फिर जेल कित्थे होई जेल ते ना होई फिर तो उन्हां वास्ते ते सेवन स्टार होटल होया फिर बाहर की ती अंदर की लाइना दो को फ्लैश कर रही ने मैं क्विकली सवाल लै लैना फिर उस तो बाद वाइंड अप करांगे अमन जी साडे स्टूडियो पहुंचे ने और अचनचेत आए ने वैसे जी ऐनू आप आख चुके हैं तुसी किसी ने गल करनी हो स्टूडियो दे विच ही ने 905-813-1320 हाँ जी नेक्स्ट कॉल सत श्रीकाल चावला साहब सत श्रीकाल किदा साहब सत श्रीकाल वीरे सत श्रीकाल चावला साहब गल इदा जी एक तो बाकी तो तुसी दस ही चुके किदा साहब नूं वध पता होना यह तो जिहड़ा पंजाब पुलिस नूं छड्ड के जिहड़ा दिल्ली पुलिस ड्रामा कर रही है कदे तो इन्हां दा जी वह फलाने गेट कोले शूटर मिल जांदा खड़े है जी टहल दा कदे इन्हां नूं किते मिल जांदा मतलब उई फड़ के जिहड़े बंदे ऑलरेडी जेल च उहनां दे आपां रिमांड लै लै के पता नहीं उन्होंने कदम सत्त दिन का उत्थे कदम मतलब घुमाई जा रहे पंजाब पुलिस को घट काम कर दिता जा रहा दिल्ली पुलिस ज्यादा काम कर रही है क्योंकि वह कहते जी पंजाब पुलिस का काबली है नहीं इस चीज से बाकी किदा साहब नूं वध पता होना जी रहेगी दूजी गल जी अपने आह जी मान साहब की मत्तेवाल की जंगलों की गल पहला तो जी ये फुल उत्थे अपने जे आप कही भी विधानसभा के खड़ के पढ़ते ने बकायदा असी फलानिया शर्तां भी मंजूर करती असी जंगलात महकमे का भी इजाजत देती जी असी फलानी भी देती धमकानी भी देती उत्थे कोई इस तरह की नहीं गल होगी तो सडनली कहें जी उत्थे कुछ गल यह जी हो ही नहीं सकती क्योंकि दो साल पहला यही मान साहब उत्थे विरोध सी ते जदों यह पार्टियां च आ जाते सरकारां च मुड़ के उन्होंने हक च हो जाते यह समझ तो बाहर है जी ये गीता साहब वध दस सकते इहदे बारे कोई चानना पाओ जी समझ तो यह समझ तो बाहर तो की है जी खैर कोई भी मुद्दा जो सरकार को सरकार को विचारना पैंदा जी एक लैनेदार भावें घर का लैनेदार भी होगा ना जी घर के लैनेदार भी इस गल से देखना पैंता भी घर में मुद्दा जो लैनेदार जो बाहर हों तो होर तरह संदर्भ हों जो लैनेदार बन जाता घर का उदो होर तरह हों वर्तमान पहला पार्टी से सरकार तो बाहर से हूँ मुख्यमंत्री ने इस करके सोचना विचारना पैंता क्योंकि वर्तमान के पक्ष नहीं है पर उन्होंने वो वापस भी कर लिया वो हूँ धरना लाई जाते हैं कांग्रेस वाले जंगल पुट ले साडे जंगल तबाह करते भगवंत मान इस गलते भी हट मार दिया कहते तुहाडा तां जंगल पुटन वाला बंदा एक रुख का 500 रुपए लैन वाला बंदा जेल च बैठा धर्म स्रोत यह भी गल हैगी दूजी गल यह ना जी कोई भी सरकार जिहड़ी हैगी कोई भी पुलिस हैगी कोई भी सरकार दे अधीन जो भी सरकारी जिहड़ी के पुलिस एजेंसी हुंदी आ
ਉਹ ਜਿੱਦਾਂ ਉਹਨੂੰ ਸਿਆਸੀ ਲੋਕ ਕਹਿੰਦੇ ਆ ਉਦਾਂ ਦਾ ਕੰਮ ਕਰਦੀ ਆ ਉਹ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।